ਬੀਤੇ ਕੱਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਨਾਲ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ 3 ਸ਼ਰਧਾਲੂਆਂ ਦੀ ਮੌਤ ਅਤੇ 1 ਬੱਚੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਸ ਹਾਦਸੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੀ ਨਵ ਵਿਹੁਤਾ ਦੇ ਮਾਪਿਆਂ ਦੀ ਇਕਲੌਤੀ ਬੇਟੀ ਸਿਖਾ ਦੀ ਮੌਤ ਹੋਈ ਸੀ, ਜਿਸ ਦੀ ਮ੍ਰਿਤਕ ਦੇ ਬੀਤੀ ਰਾਤ ਸਾਈਨ ਬੋਰਡ ਦੀ ਮਦਦ ਨਾਲ ਉਸਦੇ ਸਹੁਰੇ ਪਰਿਵਾਰ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਪਹੁੰਚੀ, ਜਿੱਥੇ ਕਿ ਅੱਜ ਉਸਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਿਖਾ ਦੀ ਅੰਤਮ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਰਿਸ਼ਤੇਦਾਰ, ਭੈਣ ਭਰਾ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਸਿੱਖਾਂ ਨੂੰ ਨਵ ਅੱਖਾਂ ਨਾਲ ਅੰਤਮ ਵਧਾਈ ਦਿੱਤੀ। ਇਸ ਮੌਕੇ ਸਿਖਾ ਦੇ ਪਤੀ ਅਮਿਤ ਨੇ ਪੱਤਰਕਾਰਾਂ ਨਾਲ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਬੀਤੇ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਸਨ ਤੇ ਬੀਤੇ ਕੱਲ ਮਾਤਾ ਵੈਸ਼ਨੋ ਦੇ ਭਵਨ ਤੋਂ 1.5 ਕਿਲੋਮੀਟਰ ਦੂਰ ਪਹਿਲਾਂ ਸਿਖਾ ਦੀ ਫੋਟੋ ਖਿੱਚਣ ਦੌਰਾਨ ਅਚਾਨਕ ਜ਼ਮੀਨ ਖਿਸਕ ਗਈ, ਜਿਸ ਦੌਰਾਨ ਉੱਪਰ ਇੱਕ ਵੱਡਾ ਪੱਥਰ ਸਿਖਾ ਸਮੇਤ ਹੋਰਨਾਂ ਸ਼ਰਧਾਲੂਆਂ ਦੇ ਉੱਪਰ ਡਿੱਗ ਪਿਆ ਤੇ ਜਿਸ ਵਿੱਚ ਸਿਖਾ ਅਤੇ ਹੋਰ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਾਡਾ 1 ਮਹੀਨਾ ਪਹਿਲਾਂ ਵਿਆਹ ਹੋਇਆ ਸੀ ਤੇ ਹਜੇ ਵਿਆਹ ਦੇ ਸਗਨ ਵੀ ਨਹੀਂ ਮੁੱਕੇ ਸਨ, ਪਰ ਉਸ ਤੋਂ ਪਹਿਲਾਂ ਇਹ ਵੱਡਾ ਹਾਦਸਾ ਵਾਪਰ ਗਿਆ। ਸਿਖਾ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਹਨਾਂ ਦੇ ਪਤੀ ਅਮਿਤ ਵੱਲੋਂ ਦਿੱਤੀ ਗਈ। ਉਧਰ ਸਿਖਾ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਇਸ ਖਬਰ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ। ਇਸ ਹਾਦਸੇ ਤੋਂ ਪਹਿਲਾਂ 1 ਵੀਡੀਓ ਵੀ ਸਾਹਮਣੇ ਆਈ ਹੈ ਜਦੋਂ ਸਿਖਾ ਆਪਣੇ ਪਤੀ ਦੇ ਨਾਲ ਬਿਲਕੁਲ ਖੁਸ਼ ਨਜ਼ਰ ਆ ਰਹੀ ਹੈ, ਪਰ ਕੁਝ ਸਮੇਂ ਬਾਅਦ ਹੀ ਮੌਤ ਨੇ ਉਸ ਨੂੰ ਆਪਣੇ ਅਗੋਸ਼ ਵਿੱਚ ਲੈ ਲਿਆ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਇੱਧਰ ਦੇਖੋ, ਮੈਂ ਖਿਜਾਉਣ ਭਾਜੀ ਮੇਰਾ ਤਾਂ ਸਾਰਾ ਕੁਝ ਹੀ ਚੱਲ ਗਿਆ ਮੇਰੇ ਕੋਲ, ਮੇਰੇ ਤੋਂ ਮਾੜਾ ਕੀ ਹੋ ਸਕਦਾ। ਕਿੱਦਾਂ ਸਾਰਾ ਹਾਸਾ ਹੈ? ਬਸ ਅਸੀਂ ਜਾਣਦੇ ਹਾਂ ਤੇ ਇੰਨਾ ਵਧੀਆ ਵਿਊ, ਕਹਿੰਦੀ ਬਾਹਰ ਬਹੁਤ ਵਧੀਆ ਹੈ, ਇੱਥੇ ਖਲੋ ਜਾਈਏ ਤੇ ਬਸ ਫੋਟੋ ਖਿੱਚਣ ਲੱਗੇ ਹਾਂ। ਇੱਕ ਫੋਟੋ ਖਿੱਚੀ ਆ, ਕਹਿੰਦੀ ਮੈਨੂੰ ਸਹੀ ਨਹੀਂ ਆਈ, ਮੈਂ ਦੂਸਰੇ ਸਾਈਡ ਜਾਂਦੀ ਤਾਂ ਉੱਧਰ ਫੋਟੋ ਸਹੀ ਆਉਣੀ ਹੈ। ਬਸ ਉੱਧਰ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਸੇ ਟਾਈਮ, 1 ਸਕਿੰਟ ਤਾਂ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਆਵਾਜ਼ ਹੀ ਕਿਤੇ ਮਾਰਦਾ ਕਿ ਇੱਧਰ ਉੱਧਰ ਆ ਜਾ। ਬਸ ਕਿੰਨੇ ਆ ਹੋਰ ਵੀ? 1 ਲੇਡੀਜ਼ ਹੋ ਰਹੇ, ਉਹਦੀ ਵੀ ਡੈਥ ਹੋ ਗਈ। ਚਲੋ ਤੁਸੀਂ ਸੱਟ ਨਹੀਂ ਲੱਗੀ? ਨਹੀਂ ਨਹੀਂ, ਮੈਂ ਦੋਸਤ ਸੀ ਨਾ, ਮੈਂ ਫੋਟੋ ਖਿੱਚਦਾ ਪਿਆ ਸੀ। ਜੇ ਡੈਡ ਬੋਡੀ ਉਹਦੇ ਬਚਾਉਣ ਦੇ ਵਿੱਚ ਕਿਸੇ ਨੇ ਮਦਦ ਕੀਤੀ? ਹਾਂਜੀ, ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ, ਸ਼ਰਾਈਨ ਬੋਰਡ ਨੇ। ਹਾਂਜੀ, ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਉਹਨਾਂ ਨੇ। ਇਹ ਤਾਂ ਹਾਸਾ ਜਿਹੜਾ ਉੱਥੇ ਵਾਪਰਿਆ ਕਿੱਥੇ ਕਰਕੇ ਆ ਜੀ? ਵਾਪਰਿਆ ਇਹ ਮਕੋਟੀ ਦੇ ਲਾਗੇ ਵਾਪਰਿਆ ਜੀ ਹਾਦਸਾ, ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ। ਹਾਂਜੀ, ਲੈਂਡ ਸਲਾਈਡਿੰਗ ਹੋਈ? ਹਾਂਜੀ, ਲੈਂਡ ਸਲਾਈਡਿੰਗ ਹੋਈ, ਤਾਂ ਹੀ ਤੇ ਬਾਰਿਸ਼ ਬਹੁਤ ਤੇਜ਼ ਹੋਈ ਪਹਿਲਾਂ, ਬਾਰਿਸ਼ ਦੇ ਕਰਕੇ ਸਾਰਾ ਇਹ ਹਾਦਸਾ ਵਾਪਰਿਆ। ਉੱਪਰੋਂ ਜਿਹੜੀ ਡੈਡ ਬਾਡੀ, ਜਿਹੜੀ ਉਹ ਆਪਾਂ ਕਿਸ ਤਰ੍ਹਾਂ ਲੈਂਦੀ ਗਈ ਆ? ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲਿਓਂ, ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ, ਉਹ ਲੈ ਕੇ। ਹਾਂਜੀ, ਉਹ ਜਦ ਆਪਣਾ ਐਤਵਾਰ ਦੇ ਨੇ ਵੈਸ਼ਨੋ ਦੇਵੀ ਮਾਤਾ ਦੇ, ਤੇ 2:30 ਵਜੇ ਨਾ ਬੱਚਿਆਂ ਦਾ ਫੋਨ ਆਇਆ ਤੇ ਅਸੀਂ ਪਠਾਨਕੋਟ ਬੈਠੇ ਆ ਤੇ ਦੱਦੀ ਨਾਂ ਦੀ ਦੀਤ ਤੇ ਪਏ। ਚੱਲ ਇਹ ਮੈਂ ਤਾਂ 2 ਵਜੇ ਆਇਆ ਵਾਪਸੀ, ਜਨਾਨੀ ਤੇ ਮੈਂ ਆਪੇ ਰੋਤੀ ਲਦੇ ਹਾਲੇ ਦਰਾਈ ਤੋਰੀ ਸਾਡੀ ਚਾਚੀ ਜਿਨ੍ਹਾਂ ਦਾ ਰਿਸ਼ਤਾ ਤਰਾਇਆ ਉਹ ਆਦੇ ਕਹਿੰਦੇ ਤੁਸੀਂ ਸੁਣਿਆ ਸਾਡੀ ਰੋਤੀ ਉੱਥੇ ਤੇ ਉੱਥੇ ਰਹੀ ਚਾਚੀ, ਇਸ ਹਾਲ ਚ ਤਦੀ ਆਏ ਨੀ, ਕਹਿੰਦਾ ਜਿੱਦਾਂ ਸਾਨੂੰ ਦੱਸਦਾ ਤੁਸੀਂ ਸੁਣਿਆ ਜੇ ਬਾਅਦ ਚ ਫੋਨ ਆ ਗਿਆ ਜੀ ਇਹ ਗੱਲ ਹੋ ਰਹੀ। ਤੁਹਾਡੀ ਕੀ ਲੱਗਦੀ ਬੇਟੀ ਮੇਰੀ?
ਪਿਛਲੀ 28 ਤਰੀਕ ਦਾ ਵਿਆਹ ਜੇ ਚੱਲ ਵੇਖ ਲਓ 3 ਤਰੀਕ ਦੀ ਚੱਲ 2 ਤਰੀਕ ਦੀ ਇਹ ਤਾਂ ਮਹੀਨਾ 4-5 ਦਿਨ ਹੋਏ ਜੇ ਮੇਰੀ ਨੂੰਹ ਹੈ ਜੀ 28 ਜੁਲਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਏ ਹਾਂ ਜਨਮ ਅਸ਼ਟਮੀ ਕਰਕੇ ਇਹਨਾਂ ਨੇ ਕਿਹਾ ਜਨਮ ਅਸ਼ਟਮੀ ਵੇਖ ਕੇ ਇਸ ਤੋਂ ਬਾਅਦ ਅਸੀਂ ਵੈਸ਼ਨੋ ਮਾਤਾ ਦੇ ਜਾਵਾਂਗੇ ਇਹ ਦੋਨੇ ਜਾਣੇ ਮਤਲਬ ਐਤਵਾਰ ਚੜ ਗਏ ਜੀ ਵੈਸ਼ਨੋ ਮਾਤਾ ਦੇ ਸੋਮਵਾਰ ਨੂੰ ਮੈਸੇਜ ਆ ਗਿਆ ਜੀ ਉੱਥੋਂ ਵੀ ਇਹ ਗੱਲ ਹੋਈ ਉਸ ਤੋਂ ਬਾਅਦ ਸਾਨੂੰ ਕੋਈ ਫਰਮ ਨਹੀਂ ਹੋਇਆ ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਹੈ ਇਸ ਤੋਂ ਬਾਅਦ ਸਾਨੂੰ ਰਾਤੀ 11 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈਡ ਬਾਡੀ ਪਹੁੰਚਾਈ ਉਹਨਾਂ ਨੇ 11 ਵਜੇ ਡੈਡ ਬਾਡੀ ਆ ਗਈ ਮਤਲਬ ਪੂਰੀ ਮਦਦ ਕੀਤੀ ਉਹਨਾਂ ਦੀ ਹਾਂਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡੇ ਨਾਲ ਬਹੁਤ ਧੱਕਾ ਹੋਇਆ ਹੈ ਸੋਮਵਾਰ ਹਜੇ 31 ਦਿਨ ਹੋਏ ਆ ਸਾਡੀ ਨੂਰ ਵਾਲੀ ਨੂੰ ਆਏ ਹਾਂ